ਤੇ ਬ੍ਰੇਕ ਤੋਂ ਬਾਅਦ ਤੁਹਾਡੇ ਸਾਰਿਆਂ ਦਾ ਸਵਾਗਤ ਹੈ। ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਅੱਜ ਜਿਸ ਮੁਤਲਕ ਅਸੀਂ ਵਿਚਾਰ ਵਟਾਂਦਰਾ ਕਰ ਰਹੇ ਹਾਂ, ਖਬਰ ਇਹ ਸਾਹਮਣੇ ਆਈ ਹੈ ਕਿ ਜਿਹੜੇ ਸਟੋਰੇਜ ਨੇ ਜੋ ਕਿ ਫੂਡ ਗ੍ਰੇਨਸ ਨੂੰ ਸਟੋਰ ਕਰਕੇ ਰੱਖਦੇ ਹਨ, ਯਾਨੀ ਕਿ ਫੂਡ ਨੂੰ ਸਾਡੇ ਅਨਾਜ ਨੂੰ ਸਟੋਰ ਕਰਕੇ ਰੱਖਦੇ ਹਨ, ਉੱਥੇ ਤਿਰਪਾਲਾਂ ਕਿਉਂ ਹਟਾਈਆਂ ਜਾ ਰਹੀਆਂ ਹਨ? ਜਦ ਮੀਂਹ ਪੈਂਦਾ ਹੈ ਤਾਂ ਜ਼ਿੰਮੇਵਾਰੀ ਬਣਦੀ ਹੈ ਸਰਕਾਰ ਦੀ, ਏਜੰਸੀਆਂ ਦੀ, ਕਿ ਇਹ ਤਿਰਪਾਲਾਂ ਵਿਛਾਈਆਂ ਜਾਣ ਨਾ ਕਿ ਹਟਾਈਆਂ ਜਾਣ। ਕੀ ਰੈਕਟ ਹੋ ਸਕਦਾ ਹੈ? ਕਿਉਂ ਹਜੇ ਤੱਕ ਇੰਨੇ ਸਟੋਰੇਜ ਨਹੀਂ ਬਣਾਏ ਗਏ? ਕਿਉਂ ਸਾਡਾ ਅਨਾਜ ਜਦ ਵੀ ਮੀਂਹ ਪੈਂਦਾ ਪੰਜਾਬ ਦੇ ਵਿੱਚ ਤਾਂ ਸੜਦਾ ਔਰ ਮੰਡੀਆਂ ਦੇ ਵਿੱਚ ਸਸਤੇ ਭਾਅ ਦੇ ਵਿੱਚ ਜਾ ਕੇ ਵਿਕਦਾ ਔਰ ਰੁਲਦਾ? ਤੁਹਾਡੇ ਸੁਝਾਅ ਲੈ ਰਹੇ ਹਾਂ, ਤੁਹਾਡੀ ਸੁਜੈਸ਼ਨਸ ਲੈ ਰਹੇ ਹਾਂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹੈਲੋ, ਸਤਿ ਸ਼੍ਰੀ ਅਕਾਲ ਹਰਕੀਰ ਸਿੰਘ। ਸਤਿ ਸ਼੍ਰੀ ਅਕਾਲ ਜੀ ਹਰਭਜਨ ਜੀ, ਠੀਕ ਹੋ? ਹਾਂ, ਬਿਲਕੁਲ ਠੀਕ ਹੈ ਜੀ ਜੀ। ਬਈ ਜਿਸ ਤਰ੍ਹਾਂ ਭਾਈ ਸਾਹਿਬ ਕਹਿ ਕੇ ਗਏ ਨੇ ਵੀ ਇਸ ਸਬਜੈਕਟ ਤੇ ਵਾਲੀ ਗਿਆਨ ਤਾਂ ਨਹੀਂ ਗਾ, ਕਿਉਂਕਿ ਯੂ ਨੋ ਦੂਰ ਬੈਠੇ ਹੈਗੇ ਉਸ ਪ੍ਰੋਫੈਸ਼ਨ ਤੋਂ ਹਜੇ। ਪਰ ਫਿਰ ਵੀ ਜੋ ਦੁਨੀਆਂ 'ਚ ਦੇਖਦੇ ਹਾਂ ਜੋ ਸਿਸਟਮ ਹੈ ਨਾ, ਮੈਂ ਅੱਗੇ ਵੀ ਕਿਹਾ ਜਿਹੜਾ ਆਪਣਾ ਸਿਸਟਮ ਹੈ ਨਾ, ਇਹ ਹੈਗਾ ਕੈਪਿਟਲਿਸਟ ਸਿਸਟਮ ਹਜੇ। ਔਰ ਕੈਪਿਟਲਿਸਟ ਸਿਸਟਮ ਦੇ ਵਿੱਚ ਗਰੀਬ ਆਦਮੀ ਦੀ ਕੋਈ ਪਰਵਾਹ ਨਹੀਂ ਕਰਦਾ, ਪਬਲਿਕ ਦੀ ਕੋਈ ਪਰਵਾਹ ਨਹੀਂ ਕਰਦਾ। ਉਹਨਾਂ ਨੇ ਆਪਣਾ ਆਪਣੀ ਪਾਕਟ ਦੇਖਣੀ ਹੈ, ਜਿੱਦਾਂ ਤੁਹਾਨੂੰ ਜੋ ਕੁਛ ਮਰਜ਼ੀ ਹੋ ਜਾਏ, ਗਰੀਬ ਦੇ ਘਰ 'ਚ ਰੋਟੀ ਪਹੁੰਚੇ ਜਾਂ ਨਾ ਪਹੁੰਚੇ, ਉਹਨੇ ਇਸ ਅਨਾਜ ਨੂੰ ਬਰਬਾਦ ਕਰ ਦੇਣਾ, ਲੇਕਿਨ ਉਹਦੀ ਪ੍ਰਾਈਸ ਨਹੀਂ ਘਟਾਉਣੀ। ਯੂ ਨੋ ਉਹਨੂੰ ਦੇਖੋ, ਇੰਨਾ ਅਨਾਜ ਹੁੰਦਾ ਹੋਵੇ ਕਿ ਗੌਰਮੈਂਟ ਐਡੀ ਹੋਰ ਸਭ ਕੁਛ ਪੈਸਾ ਖਰਚਦੇ ਆ, ਯੂ ਨੋ ਆਰਮੀ ਤੇ ਖਰਚਦੇ ਆ ਫਜ਼ੂਲ ਪੈਸਾ, ਕਿਤੇ ਕਿਹਾ ਮੋਦੀ ਸਾਹਿਬ ਪਤਾ ਨਹੀਂ ਕਿੰਨੇ ਡੇਰੇ ਲਾ ਰਿਹਾ, ਪਰ ਇਹਨਾਂ ਨੂੰ ਇਹ ਨਹੀਂ ਸੁਰਤ ਹੁੰਦੀ ਵੀ ਜਿਸ ਵੇਲੇ ਅਨਾਜ ਯੂ ਨੋ ਖੇਤਾਂ 'ਚੋਂ ਆਉਂਦਾ ਉਹਨੂੰ ਸਾਹਮਣਾ ਹੈਗਾ, ਅਗਰ ਉੱਥੇ ਮੀਂਹ ਪੈ ਗਿਆ, ਬਰਸਾਤ ਦਾ ਮੌਸਮ ਹੈ ਸਾਡੇ ਮੁਲਕ ਦੇ ਵਿੱਚ, ਯਕਦਮ ਹੀ ਬਰਸਾਤ ਪੈਣੀ ਸ਼ੁਰੂ ਹੋ ਜਾਂਦੀ ਆ, ਔਰ ਮੀਂਹ ਵੀ ਇੰਨਾ ਪੈਂਦਾ ਕਿ ਜਿਹੜਾ ਕੋਈ ਹੱਦ ਹਿਸਾਬ ਨਹੀਂ, ਔਰ ਇੰਨੀ ਵੱਡੀ ਤਾਦਾਦ ਦੇ ਵਿੱਚ ਜਿਹੜੀ ਕਣਕ ਪੈਦਾ ਹੁੰਦੀ ਆ ਉਹਨੂੰ ਤੁਸੀਂ ਤਰਪਾਲਾਂ ਥੱਲੇ ਨਹੀਂ ਰੱਖ ਸਕਦੇ, ਚਿੰਤਮ ਲੱਗੀ ਨਾ, ਕਿੰਨੀਆਂ ਕੁ ਤਰਪਾਲਾਂ ਤੁਸੀਂ ਵਿਛਾ ਦਿਓਗੇ? ਹੈਂ, ਕਿਉਂ ਕਿਉਂ ਨਹੀਂ ਉੱਥੇ ਸਟੋਰੇਜ ਬਣਾਏ ਜਾਂਦੇ? ਗੌਰਮੈਂਟ ਦਾ ਪਹਿਲਾ ਫਰਜ਼ ਬਣ ਚਾਹੀਦਾ ਵੀ ਜਿਸ ਜਿਸ ਇਲਾਕੇ ਵਿੱਚ ਸੂਟ ਕਰਦਾ ਹੋਵੇ ਉੱਥੇ ਬਹੁਤ ਵੱਡੇ ਸਕੇਲ 'ਤੇ ਸਟੋਰੇਜ ਬਣਾਏ ਜਾਣ, ਤਾਂ ਕਿ ਜੋ ਅਨਾਜ ਪੈਦਾ ਹੋਇਆ ਉਹਦੇ ਵਰਗਾ ਉੱਥੇ ਯੂਨੋ ਵਾਤਾਵਰਨ ਪੈਦਾ ਕੀਤਾ ਜਾਵੇ, ਉੱਥੇ ਰੱਖਿਆ ਜਾਵੇ, ਸਟੋਰ ਕੀਤਾ ਜਾਵੇ। ਹੈਂ, ਪਰ ਇਹ ਜਾਣ ਕੇ ਨਹੀਂ ਕਰਦਾ ਸਰਮਾਏਦਾਰ। ਅਰਗੀ ਜੀ, ਮੈਂ ਇਸ ਕਰਕੇ ਗੱਲ ਕਹਿ ਰਿਹਾ ਕਿ ਮੈਂ ਇਹਨਾਂ ਮੁਲਕਾਂ 'ਚ ਵੀ ਇੱਦਾਂ ਹੁੰਦੀ ਆ, ਅਸੀਂ ਕਈ ਵਾਰੀ ਦੇਖਿਆ ਕਿ ਇਸ ਵੇਲੇ ਨਾ ਐਪਲ ਜਿਹੜੇ ਆ ਬਹੁਤ ਸਰਪਲਸ ਹੋ ਜਾਂਦੇ ਆ, ਹਲੇ ਉਹਨੂੰ ਮਾਰਕੀਟ 'ਚ ਉਹਦੀ ਪ੍ਰਾਈਸ ਨਹੀਂ ਘਟਾਉਂਦੇ, ਟਮਾਟਿਆਂ ਦੀ ਪ੍ਰਾਈਸ ਜਿਹੜੀ ਸਬਜ਼ੀਆਂ ਦੀ ਪ੍ਰਾਈਸ ਆ ਉਹ ਮਾਰਕੀਟ 'ਚ ਨਹੀਂ ਘਟਾਉਣੀ ਉਹਨਾਂ ਨੇ, ਹਲੇ ਉਹਨੂੰ ਉਹਨੇ ਉਹਨਾਂ ਨੂੰ ਗਾਰਬੇਜ ਵਿੱਚ ਸਿੱਟ ਦੇਣਾ। ਅਸੀਂ ਟਰੱਕਾਂ ਦੇ ਟਰੱਕ ਜਿਹਨੂੰ ਹੰਡਰਡਸ ਆਫ ਟਨ ਐਪਲ ਅਸੀਂ ਥਰੋ ਹੁੰਦੇ ਦੇਖੇ ਆ। ਬਿਲਕੁਲ, ਅਗਰ 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 ਸਟੋਰੇਜ ਬਣ ਜਾਏਗਾ ਤੇ ਇਹਨਾਂ ਨੂੰ ਪਤਾ ਹੈ ਨਾ ਕਿ ਜਿਹੜਾ ਅਸੀਂ ਸਾਨੂੰ ਹੁਣ ਚੌਲ ਜਿਹੜਾ ਉਹ 20 25 ਰੁਪਏ 35 ਰੁਪਏ 60 ਰੁਪਏ ਜਿਹੜੀ ਵੱਖ ਵੱਖ ਵਰਾਇਟੀ ਹੈ ਉਸ ਰੇਟ ਦੇ ਉੱਤੇ ਮਿਲ ਰਿਹਾ, ਜੇਕਰ ਜ਼ਿਆਦਾ ਅਵੇਲੇਬਲ ਹੋ ਜਾਏਗਾ ਤੇ ਉਹ ਪ੍ਰਾਈਜ਼ ਇਹਨਾਂ ਨੂੰ ਨਹੀਂ ਮਿਲਣਾ, ਇਸ ਕਰਕੇ ਕਹਿੰਦੇ ਕਿ ਇਹਨੂੰ ਡੰਪ ਕਰ ਦਿਓ, ਇਹਨੂੰ ਖਰਾਬ ਹੀ ਰਹਿਣ ਦਿਓ। ਦੇਖੋ ਹਰਕੇ ਸਿੰਘ, ਜਿਹੜਾ ਜਿਹੜਾ ਤੁਸੀਂ ਸਰਪਲਸ ਅਨਾਜ ਉਗਾਇਆ ਚਲੋ ਜੀ ਜੀ, ਉਹਨੂੰ ਫਰਜ਼ ਕੀਤਾ ਉਹਨੂੰ ਐਕਸਪੋਰਟ ਵਾਸਤੇ ਰੱਖ ਲਓ, ਠੀਕ ਨੇ? ਅਗਰ ਤੁਹਾਕੋ ਆਪਣੇ ਆਪਣੇ ਯੂ ਨੋ ਆਪਣੇ ਡੋਮੈਸਟਿਕ ਕੰਜ਼ੰਪਸ਼ਨ ਵਾਸਤੇ ਤੁਹਾਕੋ ਸਰਪਲਸ ਆ, ਜਿਹੜਾ ਗਰੀਬ ਆਦਮੀ ਆ ਉਹਨੂੰ ਉਹਨੂੰ ਉਹਦੀ ਪ੍ਰਾਈਸ ਘਟਾ ਕੇ ਉਹਨੂੰ ਦੇ ਦਿਓ, ਤਾਂ ਕਿ ਤੁਹਾਡਾ ਉਹ ਭੁੱਖਾ ਨਾ ਮਰੇ, ਉਹ ਵੀ ਖੁਸ਼ ਰਹੇ, ਠੀਕ ਨੇ? ਉਹ ਵੀ ਕਿਸਾਨ ਤੇ ਗੁੱਸਾ ਨਾ ਕੱਢੇ ਵੀ ਮੈਂ ਭੁੱਖਾ ਮਰਦਾ, ਜਿਹਨੂੰ ਜਿਹਨੂੰ ਜਿੱਦਾਂ ਮੈਂ ਪਹਿਲਾਂ ਵੀ ਕਿਹਾ ਵੀ ਕਿਸਾਨ ਜਿਹੜਾ ਹੈਗਾ ਵਿਚਾਰਾ ਐਵੇਂ ਦਰੜਿਆ ਜਾਂਦਾ, ਅਸੀਂ ਕਹਿੰਦੇ ਜੀ ਉਹਦੇ ਉਹਦਾ ਪਾਣੀ ਮਾਫ ਆ, ਜੇ ਮਾਫ ਆ, ਪਰ ਉਹਦੇ ਖਰਚੇ ਬਹੁਤ ਹੈਗੇ ਆ। ਹੈ, ਪਰ ਉਹ ਦੂਸਰੇ ਪਾਸੇ ਜਿਹੜਾ ਮਜ਼ਦੂਰ ਆ ਉਹ ਇਸ ਕਰਕੇ ਗੁੱਸੇ ਆ ਵੀ ਮੈਨੂੰ ਇਹ ਮੈਨੂੰ ਇਹਦੇ ਮਨ ਦਾੜਿਆ ਨੇ ਕਿ ਜਾਂ ਮੈਂ ਭੁੱਖਾ ਬੈਠਾ, ਠੀਕ ਨੇ? ਪਰ ਇਹੀ ਪ੍ਰੋਬਲਮ ਆ ਕਿ ਜੇ ਉਹ ਅਨਾਜ ਸਾਂਭਿਆ ਜਾਵੇ ਐਕਸਪੋਰਟ ਵਾਸਤੇ, ਉਹਨੂੰ ਮਤਲਬ ਉਹਨੂੰ ਸਟੋਰ ਕੀਤਾ ਜਾਵੇ, ਜਿਹੜਾ ਹੋਰ ਸਮਾਨ ਕਰਦਾ ਮਾਰਕੀਟ ਆ ਉਹਦੀ ਪ੍ਰਾਈਸ ਘਟਾ ਕੇ ਲੋਕਾਂ ਨੂੰ ਸਸਤੇ ਭਾਅ ਤੇ ਰਿਡਿਊਸ ਕਰਕੇ ਦਿੱਤੇ ਜਾਵੇ, ਹਰ ਕੋਈ ਆਦਮੀ ਖੁਸ਼ ਹੋਵੇ। ਬਿਲਕੁਲ ਹਰਭਜਨ ਸਿੰਘ ਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਆਪਣੀ ਗੱਲ ਸਾਡੇ ਨਾਲ ਰੱਖੀ, ਮੇਰੇ ਨਾਲ ਹੋਰ ਵੀ ਕਾਲਰ ਜੁੜ ਰਹੇ ਨੇ, ਉਹਨਾਂ ਦੀ ਵੀ ਕਾਲ ਤੁਸੀਂ ਲਾ ਲਈਏ। ਹੈਲੋ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹੈਲੋ, ਜੀ ਸਤਿ ਸ਼੍ਰੀ ਅਕਾਲ ਜੀ, ਕੀ ਕਹਿਣਾ ਚਾਹੋਗੇ? ਮੈਂ ਚਾਹਾਂਗਾ ਆਪਣੀ ਟੀਵੀ ਸੈੱਟ ਦੀ ਵੋਲਿਊਮ ਨੂੰ ਘੱਟ ਕਰ ਦਿਓ ਤਾਂ ਕਿ ਤੁਹਾਡੀ ਆਵਾਜ਼ ਮੇਰੇ ਤੱਕ ਠੀਕ ਪਹੁੰਚ ਸਕੇ। ਜੀ ਜੀ, ਕੀ ਕਹਿਣਾ ਚਾਹੋਗੇ? ਮੈਂ ਆਪਣਾ ਨਾਂ ਨਹੀਂ ਦੱਸਾਂਗਾ, ਪਰ ਮੈਂ ਇੰਡੀਆ ਕੰਮ ਕਰਦਾ ਨਾ, FCI ਫੂਡ ਕਾਰਪੋਰੇਸ਼ਨ ਆਫ ਇੰਡੀਆ 'ਚ। ਜੀ ਜੀ ਜੀ, ਔਰ ਮੈਂ ਇੰਗਲੈਂਡ ਵਿੱਚ ਰਹਿ ਰਿਹਾ, ਤਾਂ ਮੈਨੂੰ ਪਤਾ ਕਿ ਕੀ ਕਰਦੇ ਆ ਲੋਕ। ਅੱਛਾ, ਮੈਂ ਚਾਹਾਂਗਾ ਕਿ ਸਰ ਤੁਸੀਂ ਆਪਣੀ ਆਵਾਜ਼ ਨੂੰ ਤੇਜ਼ ਕਰ ਲਓ, ਆਪਣੇ ਹੈਂਡਸੈਟ ਦੀ ਜਿਹੜੀ ਆਵਾਜ਼ ਉਹਨੂੰ ਤੇਜ਼ ਕਰੋ, ਆਵਾਜ਼ ਘੱਟ ਆ ਰਹੀ ਹੈ ਤੁਹਾਡੀ। ਅੱਛਾ ਜੀ, ਓਕੇ
ओके ਤੁਸੀਂ ਕਹਿ ਰਹੇ ਹੋ ਕਿ ਤੁਸੀਂ ਫੂਡ ਕਾਰਪੋਰੇਸ਼ਨ ਆਫ ਇੰਡੀਆ ਦੇ ਵਿੱਚ ਕੰਮ ਕਰਦੇ ਰਹੇ ਹੋ, ਤੁਹਾਨੂੰ ਪਤਾ ਹੈ ਕੀ ਕਰਦੇ ਨੇ ਜੀ। ਅਬ ਤੁਸੀਂ ਨਾਂ ਨਹੀਂ ਦੱਸ ਰਹੇ ਆਪਣੇ, ਬਿਲਕੁਲ ਕੋਈ ਲੋੜ ਨਹੀਂ ਤੁਹਾਨੂੰ ਨਾਂ ਦੱਸਣ ਦੀ, ਤੁਸੀਂ ਆਪਣੀ ਗੱਲ ਕਰ ਸਕਦੇ ਹੋ। ਹਾਂਜੀ ਭਾਜੀ, ਹਾਂਜੀ ਹੁੰਦਾ ਕੀ ਹੈ ਭਾਜੀ, AG1 AG2 ਤੇ AG3 ਹੁੰਦੇ ਤੇ ਪਲੱਸ ਮੈਨੇਜਰ ਜੀ, ਉਤੋਂ ਬਾਅਦ ਪਤਾ ਨਹੀਂ ਮੈਨੂੰ ਕੀ ਹੁੰਦਾ ਗਾਂ ਉੱਪਰ ਗਿਆ ਜੀ। AG ਮਤਲਬ ਅਸਿਸਟੈਂਟ ਗਡਾਊਨ, ਦਰਜਾ 1, ਦਰਜਾ 2, ਦਰਜਾ 3 ਜੀ। ਉਸ ਤੋਂ ਬਾਅਦ ਜਾਂਦਾ ਹੈਡ ਵਾਚਮੈਨ, ਉਸ ਤੋਂ ਬਾਅਦ ਵਾਚਮੈਨ ਆ ਜਾਂਦੇ ਆ ਜੀ। ਠੀਕ ਹੈ ਜੀ ਜੀ, ਇਹ ਸਾਰੇ ਰਲ ਕੇ ਆਪਣਾ ਜਿੰਨਾ ਕੁ ਵੇਚ ਸਕਦੇ ਵੇਚਦੇ ਆ ਜੀ ਜੀ। ਜੋ ਵੀ ਫੂਡ ਪਿਆ ਹੁੰਦਾ, ਜੋ ਵੀ ਕਣਕ ਹੈ, ਝੋਨਾ, ਜੋ ਵੀ ਉਹਨਾਂ ਕੋਲ ਫੂਡ ਕਾਰਪੋਰੇਸ਼ਨ ਏਰੀਆ ਤੋਂ ਪਿਆ ਹੁੰਦਾ, ਓਕੇ, ਉਹ ਜਿੰਨਾ ਕੁ ਉਹ ਵੇਚ ਸਕਦੇ ਵੇਚਦੇ, ਉੱਪਰ ਤੋਂ ਬਚਾਉਂਦੇ, ਸਾਰਾ ਕੁਛ ਕਰਦੇ ਆ। ਤੇ ਐਂਡ ਆਫ ਦਾ ਡੇ ਜਦੋਂ ਉਹਨਾਂ ਨੇ ਉਹਦਾ ਹਿਸਾਬ ਕਿਤਾਬ ਦੇਣਾ ਹੁੰਦਾ, ਤੇ ਉਹਦੇ ਉੱਤੇ ਜਾਂ ਪਾਣੀ ਛੱਡ ਦਿੰਦੇ ਆ, ਜਾਂ ਉਹਨੂੰ ਖੁੱਲਾ ਛੱਡ ਦਿੰਦੇ ਵੀ ਉੱਤੇ ਮੀਂਹ ਪੈ ਜਾਵੇ, ਜਾਂ ਉੱਤੇ ਉਹਦੇ ਉੱਤੇ ਇਹੋ ਜਿਹਾ ਕੁਛ ਹੋ ਜਾਵੇ ਕਿ ਉਹਨਾਂ ਨੂੰ ਹਿਸਾਬ ਕਿਤਾਬ ਨਾ ਦੇਣਾ ਪਵੇ। ਓਕੇ, ਤੇ ਮਤਲਬ ਵੱਡੇ ਅਫਸਰ ਤੋਂ ਲੈ ਕੇ ਛੋਟੇ ਅਫਸਰ ਤੱਕ ਹਾਂਜੀ ਚੋਰੀ ਕਰਦੇ ਨੇ, ਮਤਲਬ ਚੋਰੀ ਹੀ ਕਮਾਉਂਦੇ ਨੇ। ਹਾਂਜੀ ਹਾਂਜੀ ਹਾਂਜੀ, ਇਹ ਉੱਪਰ ਤੋਂ ਜਾਂਦਾ ਜੀ, ਇਹ ਥੱਲੇ ਹੁੰਦਾ ਕਿ ਉੱਪਰ ਤੋਂ ਸਭ ਖਾਂਦੇ ਜੀ, ਇਹ ਸਭ ਇਹੋ ਜਿਹਾ ਕੰਮ ਸਾਫ ਹੋ ਕੇ ਡਿਵਾਈਡ ਕਰਦੇ ਆ ਔਰ ਖਾਂਦੇ ਆ। ਬਿਲਕੁਲ, ਤੁਸੀਂ ਕੰਮ ਕੀਤਾ ਹੋਇਆ ਉਹਨਾਂ ਦੇ ਨਾਲ, ਤੁਸੀਂ ਉਹਨਾਂ ਨੂੰ ਵੇਖ ਚੁੱਕੇ ਹੋ, ਅੰਦਰੂਨੀ ਜਾਣਦੇ ਹੋ ਸਾਰੀ ਗੱਲ। ਹਾਂਜੀ ਓਕੇ, ਉਹ ਸਪੈਸ਼ਲ ਲੱਗਦੀ ਨਾ, ਜਦੋਂ ਸਪੈਸ਼ਲ ਲੱਗਦੀ ਆ ਉਹਦੇ ਵਿੱਚ ਵੀ ਉਹ ਜ਼ਿਆਦਾ ਤੋਂ ਜ਼ਿਆਦਾ ਵੇਸਟ ਕਰਨ ਦੀ ਕੋਸ਼ਿਸ਼ ਕਰਦੇ। ਸਪੈਸ਼ਲ ਦਾ ਮਤਲਬ ਹੁੰਦਾ ਕਿ ਜਦੋਂ ਉੱਥੋਂ ਫੂਡ ਬਾਹਰ ਜਾਂਦਾ, ਓਕੇ, ਜੋ ਵੀ ਆ ਮਤਲਬ ਤਕਰੀਬਨ ਲਾ ਲਓ ਝੋਨਾ ਜਾਂਦਾ ਜਾਂ ਚੌਲ ਜਾਂਦੇ ਆ, ਤੇ ਹੋਰ ਜਿਹੜਾ ਫੂਡ ਪਿਆ ਹੁੰਦਾ ਸਟੋਰੇਜ ਦੇ ਵਿੱਚ, ਜਿਹੜਾ ਸਟੋਰ ਕਰਕੇ ਰੱਖਿਆ ਹੁੰਦਾ, ਉਹਨੂੰ ਹੋਰ ਕਿਵੇਂ ਖਰਾਬ ਕਰਦੇ ਨੇ? ਇੱਕ ਤਾਂ ਮੀਂਹ ਪੈ ਗਿਆ, ਚਲੋ ਜੀ ਭਿੱਜ ਗਿਆ, ਹੋਰ ਵੀ ਕੋਈ ਕਾਰਨ ਇਹਨੂੰ ਖਰਾਬ ਕਰਦੇ? ਹੋਰ ਵੀ ਉਹ ਬੋਰੀਆਂ ਪਾੜ ਦਿੰਦੇ ਆ, ਚੂਹੇ ਖਾ ਗਏ ਜੀ, ਉਹ ਕਰ ਗਏ ਜੀ, ਉਹ ਬੋਰੀਆਂ ਪਾੜ ਕੇ ਥੱਲੇ ਵੇਸਟ ਹੋ ਗਿਆ ਜੀ, ਉਹ ਹੋ ਗਿਆ। ਮੈਂ ਸੁਣਿਆ ਕਿ ਕੀਟਨਾਸ਼ਕ ਦਵਾਈਆਂ ਵੀ ਮਾਰਦੇ ਨੇ, ਇਹ ਵੀ ਗੱਲ ਸੱਚ ਹੈ? ਬੜਾ ਕੁਛ, ਕਈ ਕੁਛ ਕਰਦੇ ਜੀ, ਆਪਣੇ ਆਪ ਨੂੰ ਲੁਕਾਉਣ ਲਈ ਤਾਂ ਬਹੁਤ ਕੁਛ, ਤੁਹਾਨੂੰ ਪਤਾ ਜਿਹੜਾ ਚੋਰ ਹੈ ਉਹਨੇ ਤਾਂ ਆਪਣੇ ਆਪ ਨੂੰ ਚੋਰ ਤੇ ਚੋਰ ਹੀ ਹੈ, ਉਹ ਚੋਰੀ ਕਰਨ ਦੇ ਲਈ ਵੱਖ ਵੱਖ ਭਾਣੇ ਟੁੰਡੇਗਾ। ਬਹੁਤ ਬਹੁਤ ਧੰਨਵਾਦ ਇਸ ਗੱਲ ਦਾ ਖੁਲਾਸਾ ਕਰਨ ਦੇ ਲਈ, ਤੇ ਸਾਡਾ ਅੱਜ ਲੱਗਦਾ ਸ਼ੋਅ ਵੀ ਕਾਮਯਾਬ ਹੋ ਗਿਆ ਕਿ ਤੁਸੀਂ ਸਾਨੂੰ ਕਾਲ ਕੀਤਾ ਔਰ ਤੁਸੀਂ ਫੋਨ ਤੇ ਆ ਕੇ ਸਾਨੂੰ ਇਹ ਗੱਲ ਦੱਸੀ। ਬਹੁਤ ਬਹੁਤ ਧੰਨਵਾਦ, ਸਾਡੇ ਨਾਲ ਹੋਰ ਵੀ ਕਾਲਰ ਜੁੜ ਰਹੇ ਨੇ। ਹੈਲੋ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਕੌਣ ਬੋਲ ਰਹੇ, ਕਿੱਥੋਂ ਬੋਲ ਰਹੇ? ਹਾਂਜੀ ਛੋਟੇ ਭਾਈ ਹਰਕੀਰਤ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਮੱਖਣ ਸਿੰਘ ਜੀ, ਠੀਕ ਹੋ? ਹਾਂਜੀ ਬਹੁਤ ਠੀਕ ਹੈ, ਚੜ੍ਹਦੀ ਕਲਾ। ਦੇਖੋ ਟਾਈਮ ਬਹੁਤ ਥੋੜਾ, ਮੈਂ ਸਿਰਫ ਅੱਧੇ ਮਿੰਟ ਹੁਣ ਲੈਣਾ ਜੀ ਜੀ। ਮੈਂ ਦੇਖੋ ਇਹਦੇ ਤੇ ਸਾਡੇ, ਮੈਂ ਅੱਗੇ ਵੀ ਕਹਿੰਦਾ ਹੁੰਦਾ ਕਿ ਸਾਡੇ ਪ੍ਰਾਈਮ ਮਿਨਿਸਟਰ ਜਿਹੜੇ, ਉਹਨਾਂ ਨੇ ਜੈ ਜਵਾਨ ਜੈ ਕਿਸਾਨ ਦਾ ਨਾਰਾ ਲਾਇਆ ਜੀ 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 ਜੀ, ਤੇ ਨਾ ਤਾਂ ਜਵਾਨ ਦਾ ਕੋਈ ਕਦਰ ਪਈ ਇੱਥੇ, ਨਾ ਕਿਸਾਨ ਦੀ ਕਦਰ ਪਈ ਆ ਜੀ। ਲਾਲ ਬਹਾਦਰ ਸ਼ਾਸਤਰੀ ਜੀ ਨੇ ਨਾਰਾ ਲਾਇਆ ਸੀ ਜੀ 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 ਜੀ। ਮੈਂ ਸਿਰਫ ਚਾਰ ਹੀ ਲਈਆਂ ਇਹਦੇ ਤੇ, ਉਹਨਾਂ ਨੂੰ ਨਾਰਾ ਲਗਾਉਣਾ ਚਾਹੁੰਦਾ ਕਿ ਮੈਂ ਵੀ ਖਾ ਰਿਹਾ ਤੂੰ ਵੀ ਖਾ। ਹਾਂਜੀ ਦੇਖੋ ਕਿਸਾਨ ਦੇ ਇਹ ਜਿਹੜੀਆਂ ਚਾਰ ਲਾਈਨਾਂ, ਕਿਸਾਨ ਦੀ ਦੁਨੀਆ, ਕਿਸਾਨ ਦੀ ਇੱਕ ਸਮੇਂ ਦੀ ਅਤਹੀਣੀ ਹਾਲਤ ਨੂੰ ਵੇਖ ਕੇ ਇੱਕ ਕਵੀ ਨੇ ਲਿਖੀ ਸੀ। ਮੈਂ ਕਿਉਂਕਿ ਕਵਿਤਾ ਲੰਮੀ, ਮੈਂ ਜੇ ਕਵਿਤਾ ਪੂਰੀ ਪੜ੍ਹਾਂ ਮੇਰਾ ਖਿਆਲ ਤੁਹਾਡੇ ਅੱਖਾਂ 'ਚ ਵੀ ਹੰਝੂ ਆ ਜਾਊਗਾ। ਮੈਂ ਸਿਰਫ ਦੋ ਲਾਈਨਾਂ ਪੜ੍ਹਨੀਆਂ ਆ ਜੀ ਜੀ ਜੀ। ਕਹਿੰਦਾ ਜਿਹਦੇ ਭਲੇ ਵਿੱਚ ਭਲਾ ਸੰਸਾਰ ਦਾ ਏ, ਜਿਹਦੀ ਖੁਸ਼ੀ ਵਿੱਚ ਖੁਸ਼ੀ ਜਹਾਨ ਦੀ ਏ, ਉਹ ਜਿਹਦੇ ਵਸਿਆਂ ਜੱਗ ਨੇ ਵਸਣਾ ਏ, ਸੁਮੀ ਪਈ ਏ ਦੁਨੀਆ ਕਿਸਾਨ ਦੀ ਏ। ਜੀ ਜੀ ਜੀ, ਭੁੱਖਾ ਰਹਿ ਕੇ ਭਗਤੀਆਂ ਕਰਨ ਵਾਲਾ ਕੋਈ ਭਗਤ ਨਾ ਇਸ ਦੇ ਨਾਲ ਦਾ ਏ, ਉਹ ਦੁਨੀਆ ਮੌਤ ਤੋਂ ਪਰੇ ਇੱਕ ਨਜ਼ਰ ਆਵੇ, ਜਦੋਂ ਫੋਲ ਕੇ ਦਿਲ ਵਿਖਾਲਦਾ ਏ। ਜੀ ਜੀ ਜੀ, ਇਹਦੇ ਹਾਲ ਨੂੰ ਦੂਸਰਾ ਜਾਣਦਾ ਨਹੀਂ, ਉਹ ਮਹਿਮ ਆਪ ਹੀ ਆਪਣੇ ਹਾਲ ਦਾ ਏ, ਫੋਲ ਫੋਲ ਕੇ ਹੱਲ ਦੇ ਨਾਲ ਮਿੱਟੀ, ਉਹ ਰਹਿੰਦਾ ਸਦਾ ਤਕਦੀਰ ਨੂੰ ਭਾਲਦਾ ਏ। ਲਾਸਟ ਲਾਈਨ ਇੱਕੋ ਹੀ ਆ ਕਿ ਉੱਜੜ ਗਿਆ ਜੇ ਆਪ ਤਾਂ ਕੀ ਹੋਇਆ। ਆ ਸਮਝੋ ਤੁਸੀਂ, ਉੱਜੜ ਗਿਆ ਜੇ ਆਪ ਤਾਂ ਕੀ ਹੋਇਆ, ਖਲਕਤ ਇਸ ਦੇ ਆਸਰੇ ਵਸਦੀ ਏ, ਸੱਚ ਪੁੱਛੋ ਤਾਂ ਇਹਦੀਆਂ ਹੰਝੂਆਂ ਚੋਂ, ਕਿਸਮਤ ਸਾਰੇ ਜਹਾਨ ਦੀ ਹੱਸ ਕਿਸਮਤ ਸਾਰੇ ਜਹਾਨ ਦੀ ਹੱਸਦੀ ਹੈ। ਟਾਈਮ ਹੈ ਨੀ ਗਾ, ਪਿਆਰ ਭਰੀ ਸਤਿ ਸ਼੍ਰੀ ਅਕਾਲ, ਮੈਂ ਇੰਨੇ ਕਹਿਣਾ ਚਾਹੁੰਦਾ ਹਾਂ। ਧੰਨਵਾਦ ਮੱਖਣ ਸਿੰਘ ਜੀ, ਇੱਕ ਕਾਲਰ ਹੋਰ ਵੀ ਨੇ, ਉਹਨਾਂ ਦੀ ਵੀ ਜਲਦੀ ਕਾਲ ਲੈ ਲਈਏ। ਹੈਲੋ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਕੌਣ ਬੋਲ ਰਹੇ, ਕਿੱਥੋਂ ਬੋਲ ਰਹੇ? ਹੈਲੋ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ? ਹੈਲੋ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ ਜੀ? ਸਤਿ ਸ਼੍ਰੀ ਅਕਾਲ, ਮੈਂ ਆਸਟ੍ਰੇਲੀਆ ਤੋਂ ਬੋਲ ਰਿਹਾ।
जी मैं एक गल कहनी चाहना भी आप थोड़े मैं रोज प्रोग्राम देखना जी 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 अपन मुक्तगढ़ या दूसरे च जी 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 आपका ओदा कोई मसला नहीं जेड़ा मसला है ओदा हल नहीं लभदे बिल्कुल 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 साड़ी यही कोशिश रहती कि वह जो हल है वह भी असी जरूर कटने की कोशिश करते हैं। समा मेरे को बहुता नहीं है कल मैं थोड़े होर भी विचार जानना चाहता सगा मैं कॉलरस होर भी कॉल कर रहे हैं मैं माफ़ी चाहवागा मैं थोड़ी कॉल्स इस टाइम नहीं ले सकता लेकिन तुम मैं ईमेल के उत्ते मेल कर सकते हो harkirat@justbroadcasting.com एंड info@justbroadcasting.com के उत्ते मैं उन्हों का भी धन्यवाद करना चाहता जो मैं मेल्स करते हैं तो तुम वेख सकते हो कि असं तुम्हें रिवर्ट बैक भी करते हैं और बहुत बहुत धन्यवाद करता कि तुम मैं वैल्यूएबल फीडबैक्स देंगे हो और साडे प्रोग्राम नू होर अच्छा बनाउण दी और इनू होर वधिया बनाउण दी तुसी जिहड़े कमेंट सानू भेजदे हो बहुत बहुत तुहानू धन्यवाद करते हैं। अज के मुद्दे दे विच फिलहाल मैनू इन्ना ही और मेरे जिन्हें भी व्यूअर सिस्टम मैनू वेख रहे हैं उन्हां नू मेरी तरफों प्यार भरी सत श्री अकाल है लेकिन मेरे को समा नहीं है बहुत बहुत धन्यवाद।